ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਸਾਹਿਬਾਨ, ਵਰਕਰ ਸਾਹਿਬਾਨ, ਹੋਰ ਨੁਮਾਇੰਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਤੁਸੀਂ ਐਡੀ ਵੱਡੀ ਗਿਣਤੀ ਚ ਆਏ ਹੋ। ਹਾਲਾਂਕਿ ਮੈਂ ਸੁਨੇਹਾ ਇਹੀ ਲਾਇਆ ਸੀਗਾ ਵੀ ਹਲਕੇ ਦੇ ਵਿੱਚੋਂ 10-10 ਜਿਹੜੇ ਮੋਹਤਬਰ ਸੱਜਣ ਨੇ ਉਹਨਾਂ ਨਾਲ ਬੁਲਾ ਲਏ, ਉਹਨਾਂ ਨੂੰ ਬੈਠ ਕੇ ਵਿਚਾਰ ਕਰ ਲਾਂਗੇ। ਮੈਨੂੰ ਲੱਗਦਾ ਸੁਨਾਮ ਹਲਕੇ ਵਾਲੇ ਤੁਸੀਂ ਤਕਰੀਬਨ ਸਾਰੇ ਹੀ ਆ ਗਏ ਤਕਰੀਬਨ ਅੱਜ। ਵੈਸੇ ਤਾਂ ਮੈਂ ਕਿਉਂਕਿ ਸਾਰਿਆਂ ਨੂੰ ਰੋਕਿਆ ਸੀ, ਲਹਿਰੇ ਵਾਲੇ ਮੈਨੂੰ, ਮੈਂ ਲਹਿਰੇ ਗਿਆ ਸੀ ਉੱਥੇ ਮਿਲੇ ਸੀ, ਬਾਕੀ ਮੇਨ ਮੇਰੀ ਸੱਦੇ ਸੀ। ਮੈਨੂੰ ਲੱਗਦਾ ਅੱਜ ਇੱਥੇ ਇਕੱਠ ਵਿੱਚ ਤਕਰੀਬਨ 80% ਸੁਨਾਮ ਹਲਕੇ ਦੀ ਸੰਗਤ ਇੱਥੇ ਬੈਠੀ ਹੈ। ਕਾਰਨ ਆਪਾਂ ਕੋਈ ਇਹ ਇਕੱਠ ਦਿਖਾਉਣ ਲਈ ਜਾਂ ਹੋਰ ਨਹੀਂ, ਇਹ ਤਾਂ ਤੁਹਾਡਾ ਪਿਆਰ ਹੈ, ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ। ਮੈਂ ਮਹਿਸੂਸ ਕਰ ਰਿਹਾ ਕਿਉਂਕਿ ਮੈਂ ਲਹਿਰੇ ਗਿਆ ਸੀ, ਉੱਥੇ ਵੀ ਜੋ ਸੰਗਤ ਉਤਸ਼ਾਹ ਸੀ, ਅੱਜ ਇੱਥੇ ਵੀ ਜੋ ਤੁਹਾਡੇ ਚ ਉਤਸ਼ਾਹ ਹੈ। ਮੈਂ ਆਪਦੀ 20 ਸਾਲ ਦੀ ਜੋ ਸਿਆਸੀ ਜੀਵਨ ਦੇ ਵਿੱਚ ਪਿਚਰਿਆ, ਮੈਂ ਅੱਜ ਮਹਿਸੂਸ ਕਰ ਰਿਹਾ ਵੀ ਇਹ ਜਿਹੜੀ ਤੁਹਾਡਾ ਪਿਆਰ ਹੈ, ਇਸ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਜੇ ਹੈ ਤਾਂ ਇਹ ਹੈ। ਤੁਹਾਡਾ ਬਹੁਤ ਰਿਣੀ ਆ। ਬਾਕੀ ਮੈਥੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਗੱਲਾਂ ਕੀਤੀਆਂ ਨੇ, ਤੇ ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਜੋ ਇੱਕ ਸਟੈਂਡ ਲਿਆ, ਜੋ ਪਾਰਟੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਉਹ ਸਾਰੀ ਗੱਲ ਨੂੰ, ਉਸਦੀ ਅਹਿਮੀਅਤ ਨੂੰ ਤੁਸੀਂ ਸਾਰੇ ਸਮਝਦੇ ਹੋ। ਹਾਲਾਂਕਿ ਆਪਾਂ ਸਾਰੇ, ਕਿਉਂਕਿ ਤੁਸੀਂ ਪਰਿਵਾਰ ਦੇ ਮੈਂਬਰ ਹੀ ਹੋ ਸਾਰੇ, ਮੈਂ ਸੱਚੀ ਤੁਹਾਨੂੰ ਦੱਸਾਂ, ਦੁਚਿੱਤੀ ਦੇ ਵਿੱਚ ਸੀਗਾ। ਮੈਂ ਢੀਂਡ ਸਾਹਿਬ ਨੂੰ ਕਿਹਾ, ਕਿਉਂਕਿ ਗੱਲ ਚੱਲਦੀ ਰਹਿੰਦੀ ਸੀ, ਉਹ ਇਸ ਗੱਲ ਤੋਂ ਹਮੇਸ਼ਾ ਪਾਰਟੀ ਦੇ ਵਿੱਚ ਜੋ ਹੋ ਰਿਹਾ ਸੀ ਉਸ ਤੋਂ ਖਫਾ ਚੱਲਦੇ ਸੀ। ਉਹਨਾਂ ਨੇ ਪਾਰਟੀ ਦੇ ਵਿੱਚ ਗੱਲ ਵੀ ਕੀਤੀ, ਜਦ ਉਹਨੇ ਕਦਮ ਚੱਕਿਆ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਨੂੰ ਕੀ ਲੋੜ ਸੀ ਜਦ ਹੋਰ ਕੋਈ ਪਾਰਟੀ ਦੇ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ। ਕਹਿੰਦੇ ਮੰਨਦੇ ਤਾਂ ਸਾਰੇ ਆ ਪਰ ਕੋਈ ਗੱਲ ਨਹੀਂ ਕਰਦਾ। ਮੈਂ ਕਿਹਾ ਫਿਰ ਤੁਸੀਂ? ਕਹਿੰਦੇ ਨਹੀਂ, ਮੈਂ ਨਹੀਂ ਰਹਿ ਸਕਦਾ, ਮੈਂ ਇੰਨਾ ਚਿਰ ਪਾਰਟੀ ਦੇ ਵਿੱਚ ਰਿਹਾ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਸ ਤਰੀਕੇ ਦੇ ਨਾਲ ਚੁੱਪ ਬੈਠਾ ਰਹਾਂ ਤੇ ਪਾਰਟੀ ਕਮਜ਼ੋਰ ਹੋਈ ਜਾਵੇ। ਸੋ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ, ਉਹਨਾਂ ਨੂੰ ਜਦ ਇਹ ਗੱਲ ਕੀਤੀ, ਉਹਨਾਂ ਨੇ ਮੈਨੂੰ ਵੀ ਕਿਹਾ, ਕਿਉਂਕਿ ਫਿਰ ਕਈ ਦਿਨ ਉਹਨਾਂ ਨੇ ਆ ਕਹਿੰਦੇ ਨੇ ਵੀ ਜੀ ਪਰਮਿੰਦਰ ਤੇ ਦਬਾਅ ਪਾਇਆ, ਕੋਈ ਦਬਾਅ ਨਹੀਂ, ਮੇਰੀ ਉਹਨਾਂ ਨਾਲ ਚਰਚਾ ਹੁੰਦੀ ਸੀ, ਉਹ ਮੇਰੇ ਨਾਲ ਕਰਦੇ ਸੀ। ਤੇ ਇੱਕੋ ਹੀ ਗੱਲ ਜਿਹੜੀ ਸਭ ਤੋਂ ਵੱਡੀ ਸੀ, ਉਹਨੇ ਕਿਹਾ ਵੀ ਆਪਾਂ ਜਿਹੜੀ ਸਿਆਸਤ ਹੈ ਉਹ ਇੱਜ਼ਤ ਵਾਸਤੇ ਕਰਦੇ ਹਾਂ। ਆਪਾਂ ਜੇ ਸਿਆਸਤ ਚੋਂ ਤੁਸੀਂ ਸਰਪੰਚ ਹੋ, ਪੰਚ ਹੋ, ਕੋਈ ਵੀ ਕਿਤੇ ਜ਼ਿੰਮੇਵਾਰੀ ਕਰ ਰਿਹਾ, ਕਿਸ ਵਾਸਤੇ ਕਰਦੇ ਹਾਂ ਵੀ ਇੱਜ਼ਤ? ਕਹਿੰਦੇ ਸਿਆਸਤ ਵਾਸਤੇ ਇੱਜ਼ਤ ਦਾ ਤੇ ਨਹੀਂ ਲਾਉਣੀ, ਸਿਆਸਤ ਇੱਜ਼ਤ ਵਾਸਤੇ ਕਰਨੀ ਹੈ। ਇਹ ਚੀਜ਼ ਪਹਿਲੀ ਤੋਂ ਪੱਲੇ ਮੰਨਣਾ, ਇਹ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਲ ਜਾ ਕੇ ਕਹਿਣਾ ਵੀ ਇਹ ਗੱਲ ਹੈ। ਤੇ ਮੈਨੂੰ ਕਹਿੰਦੇ ਤੂੰ 5 ਵਾਰੀ MLA ਬਣ ਗਿਆ, 2 ਵਾਰੀ ਮੰਤਰੀ ਰਹਿ ਗਿਆ, ਹੋਰ ਤੂੰ ਕੀ ਭਾਲਦਾ? ਤੇਰਾ ਕੁਛ ਪਰਮਾਤਮਾ ਨੇ ਦਿੱਤਾ, ਪਰ ਜਿਹੜੀ ਆਪਦੀ ਜ਼ਮੀਰ ਤੇ ਕਦੇ ਜਿਹੜਾ ਹੈ ਇਸ ਫੈਸਲਾ ਨਹੀਂ ਕਰਨਾ। ਮੈਂ ਅੱਜ ਤੁਹਾਡੇ ਵਿੱਚ ਆਇਆ ਤੇ ਇਹ ਕਹਿ ਸਕਦਾ ਵੀ ਅੱਜ ਲੋੜ ਕੋਈ
ਇਹ ਨੀ ਨਾ ਤਾਂ ਮੈਨੂੰ, ਮੈਂ ਤੁਹਾਨੂੰ ਸਹੀ ਦੱਸਦਾ, ਨਾ ਢੀਂਡਸਾ ਸਾਹਿਬ ਨੂੰ ਨਾ ਮੈਨੂੰ, ਸਾਨੂੰ ਕੋਈ ਅਹੁਦੇ ਦੀ ਲੋੜ ਨੀ, ਕਿਸੇ ਅਹੁਦੇ ਦਾ ਲਾਲਚ ਨੀ, ਪਰ ਸਿਰਫ ਇੱਕ ਹੈ ਵੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਕਿਵੇਂ ਮਜ਼ਬੂਤ ਹੋ ਸਕਦਾ? ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਲੋਕਾਂ ਦੀਆਂ ਭਾਵਨਾ ਨੇ, ਜੋ ਪਾਰਟੀ ਦੇ ਵਰਕਰ ਦੀ ਭਾਵਨਾ ਹੈ, ਉਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਚੱਲੇ। ਕਮੀਆਂ ਇਹ ਨੀ ਵੀ ਕੋਈ ਬੰਦਾ ਐਸਾ ਨੀ ਜਿਹਦੇ ਚ ਕਮੀਆਂ ਨੀ ਹੁੰਦੀਆਂ, ਕੰਮ ਕਰਦੇ ਹੋਏ ਵੀ ਕਮੀਆਂ ਹੋਏ ਰਹਿ ਜਾਂਦੀਆਂ, ਪਰ ਗੱਲ ਹੈ ਜੇ ਬੰਦਾ ਕਮੀਆਂ ਸੁਧਾਰ ਲੇ, ਉਹਨਾਂ ਨੂੰ ਦੂਰ ਕਰ ਲੇ, ਤਾਂ ਫਿਰ ਕਿਸੇ ਨੂੰ ਇਸ ਗੱਲ ਦਾ ਰੋਸ ਵੀ ਨੀ ਹੁੰਦਾ, ਨਾਰਾਜ਼ਗੀ ਵੀ ਨੀ ਹੁੰਦੀ। ਪਰ ਜੇ ਆਪਾਂ ਗਲਤੀ ਤੇ ਗਲਤੀ ਕਰੀ ਜਾਈਏ, ਫਿਰ ਉਹਦੇ ਨਾਲ ਆਪਾਂ ਵੀ ਦੇਖਦੇ ਹਾਂ ਵੀ ਪਾਰਟੀਆਂ ਦਾ ਕਿੱਡਾ ਵੱਡਾ ਇਸ ਗੱਲ ਦਾ ਨੁਕਸਾਨ ਹੁੰਦਾ। ਸੋ ਇਹ ਇੱਕ ਸੋਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ਤੇ, ਜੋ ਢੀਂਡਸਾ ਸਾਹਿਬ ਨੇ ਗੱਲ ਕਹੀ ਹੈ, ਉਹਨਾਂ ਲੀਹਾਂ ਤੇ ਜਿਹੜਾ ਚੱਲਣ ਵਾਸਤੇ ਇਹ ਜਿਹੜਾ ਸਾਰਾ ਉਦਮ ਕੀਤਾ, ਇਹ ਕੋਈ ਮੈਂ ਜਾਂ ਕੋਈ ਇਕੱਲੇ ਢੀਂਡਸਾ ਸਾਹਿਬ ਕਿਸੇ ਉਸਦੇ ਜਿਹੜਾ ਹੈ ਕੁਛ ਕਰਨ ਜੋਗੇ ਨਹੀਂ। ਇਹ ਤਾਂ ਸੰਗਤ ਹੈ, ਸੰਗਤ ਦਾ ਜੋ ਪਿਆਰ ਹੈ, ਸੰਗਤ ਦੀ ਤਾਕਤ ਹੈ। ਅਤੇ ਜਿਸ ਤਰ੍ਹਾਂ ਸਾਰੇ ਜ਼ਿਲ੍ਹੇ ਦੇ ਵਿੱਚੋਂ, ਸਾਰੇ ਹਲਕਿਆਂ ਦੇ ਵਿੱਚੋਂ ਜੋ ਵਰਕਰ ਨੇ, ਜੋ ਆਗੂ ਨੇ, ਉਹਨਾਂ ਨੇ ਜਿਸ ਤਰ੍ਹਾਂ ਦਾ ਤੁਸੀਂ ਸਾਰਿਆਂ ਨੇ ਸਾਨੂੰ ਏਡਾ ਵੱਡਾ ਵਿਸ਼ਵਾਸ ਦਿੱਤਾ, ਏਡਾ ਸਹਿਯੋਗ ਦਿੱਤਾ, ਇਹਦੇ ਲਈ ਤੁਹਾਡੇ ਬਹੁਤ ਰਿਣੀ ਆ। ਤੇ ਮੈਂ ਇੱਕ ਗੱਲ ਦਾ ਤੁਹਾਨੂੰ ਜ਼ਰੂਰ ਕਹਿ ਸਕਦਾ, ਮੈਨੂੰ ਪਤਾ ਹੈ ਤੁਸੀਂ ਕਿਹੜੀਆਂ ਭਾਵਨਾਵਾਂ ਨਾਲ ਆਏ ਹੋ, ਕਿਹੜੀ ਤੁਹਾਡੇ ਮਨ ਦੇ ਵਿੱਚ ਸੋਚ ਹੈ, ਕੀ ਤੁਸੀਂ ਚਾਹੁੰਦੇ ਹੋ ਪਾਰਟੀ ਦੇ ਵਰਕਰ। ਮੈਂ ਇੱਕ ਚੀਜ਼ ਤੁਹਾਨੂੰ ਕਹਿ ਸਕਦਾ ਕਿ ਨਾ ਢੀਂਡਸਾ ਸਾਹਿਬ ਤੇ ਨਾ ਮੈਂ, ਕੁਛ ਸਾਨੂੰ ਮਿਲੇ ਨਾ ਮਿਲੇ, ਕੁਛ ਅਸੀਂ ਜੋ ਵੀ ਰਸਤੇ ਤੇ ਚੱਲੇ ਆ, ਉਹ ਤਾਂ ਪਰਮਾਤਮਾ ਜਾਣਦਾ ਕਿੱਧਰ ਨੂੰ ਜਾਏਗਾ। ਪਰ ਕਦੇ ਤੁਹਾਡੀਆਂ ਭਾਵਨਾਵਾਂ ਨੂੰ ਕਦੇ ਅਸੀਂ ਜਿਹੜਾ ਠੇਸ ਨਹੀਂ ਲੱਗਣ ਦੇਵਾਂਗੇ, ਕਦੇ ਤੁਹਾਡੀ ਭਾਵਨਾਵਾਂ ਦੇ ਨਾਲ ਅਸੀਂ ਧੋਖਾ ਨਹੀਂ ਕਰਾਂਗੇ। ਮੈਂ ਤੁਹਾਨੂੰ ਵਿਸ਼ਵਾਸ ਬਹੁਤ ਤੁਹਾਡਾ ਸਭ ਦਾ ਮੈਂ ਇੱਥੇ ਆਉਣ ਤੇ ਬਹੁਤ ਬਹੁਤ ਦਿੱਤੀਆਂ ਗਹਿਰਾਈਆਂ ਚੋਂ, ਕਿਉਂਕਿ ਅੱਜ ਸਾਰੀ ਲੀਡਰਸ਼ਿਪ ਮੈਂ ਦੇਖ ਰਿਹਾ, ਬਹੁਤ ਢੀਂਡਸਾ ਸਾਹਿਬ ਜਿਸ ਦਿਨ ਚੱਲੇ ਪਹਿਲੇ ਦਿਨ ਤੋਂ ਹੀ ਸਾਰੀ ਜਿਹੜੀ ਲੀਡਰਸ਼ਿਪ ਹੈ ਤਕਰੀਬਨ ਸਾਰੇ ਉਹਨਾਂ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਅੱਜ ਵੀ ਗੁਰਤੇਜ ਸਿੰਘ ਜੀ ਬੈਠੇ ਨੇ, ਸਰਾਓ ਸਾਹਿਬ, ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੇ ਢੀਂਡਸਾ ਸਾਹਿਬ ਨੂੰ ਰਾਮਪਾਲ ਜੀ ਤੇ ਸਰਾਓ ਸਾਹਿਬ ਨੇ, ਇਹਨਾਂ ਨੇ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡੇ ਜਿਹੜੀ ਤੁਸੀਂ ਗੱਲ ਲੈ ਕੇ ਚੱਲੇ ਹੋ ਅਸੀਂ ਤੁਹਾਡੇ ਨਾਲ। ਬੱਚੀ ਜੀ ਬੈਠੇ ਨੇ ਜਿਨ੍ਹਾਂ ਦਾ ਏਡਾ ਵੱਡਾ, ਜਿਨ੍ਹਾਂ ਨੇ ਭਾਵੁਕ ਹੋ ਕੇ ਅੱਜ ਸਾਰੀਆਂ ਗੱਲਾਂ ਕੀਤੀਆਂ। ਰੋਗੜਾ ਸਾਹਿਬ ਬੈਠੇ ਨੇ ਸਾਰੇ, ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਦਾ ਬਹੁਤ ਪੁਰਾਣਾ, ਮਲਕੀਤ ਸਿੰਘ ਕੰਗਾਲ ਸਾਹਿਬ, ਮੈਂ ਕਿਹਦਾ ਕਿਹਦਾ ਨਾਂ ਲਾਵਾਂ, ਸਾਰੇ ਤੁਸੀਂ ਪਤਵੰਤੇ ਹੋ ਸਾਡੇ ਵਾਸਤੇ। ਮੈਂ ਇਹ ਸਮਝਦਾ ਕਿ ਇੱਕ ਪਾਰਟੀ ਦੇ ਵਾਸਤੇ ਲੀਡਰ ਜ਼ਰੂਰੀ ਹੁੰਦੇ ਨੇ, ਪਰ ਜਦ ਤੱਕ ਪਾਰਟੀ ਵਰਕਰ ਦੀ ਭਾਵਨਾ ਨਾ ਸਮਝੇ ਜਾਂ ਵਰਕਰ ਦੀ ਭਾਵਨਾ ਅਨੁਸਾਰ ਨਾ ਚੱਲ ਸਕੇ, ਉਦੋਂ ਤੱਕ ਕੋਈ ਪਾਰਟੀ ਦਾ ਅੱਗੇ ਵਧਣਾ, ਸਫਲ ਹੋਣਾ ਉਹ ਜਿਹੜਾ ਬੜਾ ਮੁਸ਼ਕਿਲ ਹੁੰਦਾ ਹੈ। ਸੋ ਸਾਡੀ ਕਿਸੇ ਨਾਲ ਕੋਈ, ਜੇ ਕਹੀਏ ਵੀ ਕਿਸੇ ਨਾਲ ਕੋਈ ਨਿੱਜੀ ਲੜਾਈ, ਨਿੱਜੀ ਰੰਜਿਸ਼, ਕੋਈ ਨੀ। ਅਸੀਂ ਚਾਹੁੰਦੇ ਹਾਂ ਕਿ ਅੱਜ ਵੀ ਪਾਰਟੀ ਆਪਦੇ ਸਹੀ ਸਿਧਾਂਤ, ਆਪਦੇ ਮੂਲ ਤੇ ਆ ਜਾਏ, ਤਾਂ ਸਾਨੂੰ ਉਸ ਤੋਂ ਵੱਡੀ ਭਾਵਨਾ ਸਾਡੀ ਸਿਆਸੀ ਤੌਰ ਤੇ
ਕੁਛ ਵੀ ਨਾ ਅਸੀਂ ਰਹੀਏ, ਪਰ ਅਸੀਂ ਆਪਦੀ ਬੜੀ ਵੱਡੀ ਜਿੱਤ ਮੰਨਾਂਗੇ ਵੀ ਜੀ ਜੇ ਅਸੀਂ ਕੁਛ ਕੀਤਾ ਤਾਂ ਅੱਜ ਪਾਰਟੀ ਜਿਹੜੀ ਹੈ ਉਹ ਅੱਜ ਜਿਸ ਮੁੱਖ ਸਿਧਾਂਤ ਤੇ ਪਾਰਟੀ ਬਣੀ ਸੀ, ਜਿਹੜੀ ਇੱਕ ਸੋਚ ਸੀ ਸਾਡੇ ਬਜ਼ੁਰਗਾਂ ਦੀ, ਅੱਜ ਪਾਰਟੀ ਉਸ ਤੇ ਚੱਲੀ ਹੈ। ਸੋ ਮੈਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।